ਇਹ ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ। ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿ ਹੋਵੇ, ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿ ਹੋਵੇ। ਇਹ ਸਤਰਾਂ ਪੰਜਾਬ ਦੀ ਮਸ਼ਹੂਰ ਕਵਿਤਰੀ ਤੇ ਗਜ਼ਲ ਗੀਤਕਾਰ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਰਚਨਾਵਾਂ ਵਿੱਚੋਂ ਨੇ। ਦੱਸ ਦੇਵਾਂ ਕਿ ਸੁਖਵਿੰਦਰ ਅੰਮ੍ਰਿਤ ਜੀ 2017 ਦੇ ਵਿੱਚ ਭਾਰਤ ਪੱਧਰ ਦੇ 9 ਮਹਿਲਾਵਾਂ ਕਵਿਤਰੀਆਂ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਸੁਲਭ ਸਾਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸੁਖਵਿੰਦਰ ਅੰਮ੍ਰਿਤ ਜੀ ਦਾ ਜਨਮ ਸੰਨ 1963 ਵਿੱਚ ਪਿੰਡ ਸਦਰਪੁਰਾ ਤਹਿਸੀਲ ਜਗਰਾਓ ਪੰਜਾਬ ਵਿੱਚ ਹੋਇਆ। ਗੱਲ ਕਰੀਏ ਉਹਨਾਂ ਦੇ ਸ਼ੌਂਕਾਂ ਦੀ ਤਾਂ ਉਹਨਾਂ ਨੂੰ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਅਤੇ ਪੜ੍ਹਨ ਦਾ ਸ਼ੌਂਕ ਸੀ। ਕਬੀਲਦਾਰਾਂ ਦੀਆਂ ਧੀਆਂ ਕਵਿਤਾਵਾਂ ਅਤੇ ਗੀਤ ਨਹੀਂ ਲਿਖਦੀਆਂ, ਇਹੋ ਜਿਹੇ ਬੋਲਾਂ ਦਾ ਸਾਹਮਣਾ ਉਹਨਾਂ ਨੂੰ ਬਚਪਨ ਤੋਂ ਹੀ ਆਪਣੇ ਮਾਪਿਆਂ ਵੱਲੋਂ ਕਰਨਾ ਪਿਆ। ਨਤੀਜਾ ਇੱਕ ਦਿਨ ਉਹ ਛੋਟੀ ਜਿਹੀ ਲੜਕੀ ਜੋ ਆਪਣੀਆਂ ਖੁਆਇਸ਼ਾਂ, ਸਦਰਾਂ, ਉਮੰਗਾਂ ਨੂੰ ਕਵਿਤਾਵਾਂ ਵਿੱਚ ਪਰੋਂਦੀ ਸੀ, ਮਾਂ ਨੇ ਕਵਿਤਾਵਾਂ ਲਿਖਦੀ ਅਤੇ ਉਕੇਰਦੀ ਕਾਪੀ 'ਤੇ ਵੇਖ ਲਈ ਅਤੇ ਝੱਟ ਉਸਦੇ ਹੱਥੋਂ ਉਹ ਕਵਿਤਾਵਾਂ ਵਾਲੀ ਕਾਪੀ ਖੋਹ ਕੇ ਬਲਦੇ ਚੁੱਲ੍ਹੇ ਵਿੱਚ ਸੁੱਟ ਦਿੱਤੀ ਗਈ ਅਤੇ ਨਾਲ ਹੀ ਬਹੁਤ ਸਾਰੀਆਂ ਝਿੜਕਾਂ ਅਤੇ ਕੁੱਟ ਦਾ ਸਾਹਮਣਾ ਛੋਟੀ ਜਿਹੀ ਲੜਕੀ ਅੰਮ੍ਰਿਤ ਨੂੰ ਕਰਨਾ ਪਿਆ। ਚਾਰ ਭੈਣਾਂ ਅਤੇ ਇੱਕ ਭਰਾ ਵਿੱਚੋਂ ਅੰਮ੍ਰਿਤ ਵੱਡੀ ਸੀ। ਸ਼ੁਰੂ ਤੋਂ ਹੀ ਅੰਮ੍ਰਿਤ ਨੂੰ ਘਰ ਦੇ ਮਾਹੌਲ ਨੇ ਕੁੜੀਆਂ ਅਤੇ ਮੁੰਡਿਆਂ ਵਿੱਚ ਹੁੰਦੇ ਵਿਤਕਰੇ ਦਾ ਅਹਿਸਾਸ ਕਰਾਇਆ। ਜਦੋਂ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ 17 ਸਾਲਾਂ ਅੰਮ੍ਰਿਤ ਦਾ ਵਿਆਹ ਲੁਧਿਆਣਾ ਵਾਸੀ ਅਮਰਜੀਤ ਸਿੰਘ ਨਾਲ ਕਰ ਦਿੱਤਾ ਗਿਆ। ਸਹੁਰੇ ਘਰ ਦਾ ਮਾਹੌਲ ਵੀ ਪੇਕਿਆਂ ਘਰ ਵਰਗਾ ਹੀ ਸੀ। ਵਿਆਹ ਉਪਰੰਤ ਸੁਖਵਿੰਦਰ ਅੰਮ੍ਰਿਤ ਦੇ ਮਨ ਵਿੱਚ ਅਕਸਰ ਉਹ ਗੱਲਾਂ ਉੱਠਦੀਆਂ ਸੀ ਜਿਹੜੀਆਂ ਕਦੀ ਉਸਦੀ ਮਾਂ ਨੇ ਉਸਨੂੰ ਆਖੀਆਂ ਸੀ ਕਿ ਸਿਆਣੀਆਂ ਕੁੜੀਆਂ ਲੁਕ ਲੁਕ ਕੇ ਰਹਿੰਦੀਆਂ, ਦੁੱਖ ਤੁੱਕ ਕੇ ਜਿਉਂਦੀਆਂ, ਚੁੱਕ ਚੁੱਕ ਕੇ ਤੁਰਦੀਆਂ, ਨਾ ਉੱਚਾ ਬੋਲਦੀਆਂ ਨਾ ਉੱਚਾ ਹੱਸਦੀਆਂ। ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ, ਬਸ ਧੂੰਏ ਦੇ ਭੱਜ ਰੋਂਦੀਆਂ ਅਤੇ ਕੰਧਾਂ ਦੇ ਉੱਲੇ ਘੁੱਗ ਵੱਸਦੀਆਂ। ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ, ਸਿਰ ਢੱਕ ਕੇ ਰੱਖਦੀਆਂ, ਅੱਖ ਉੱਤੇ ਨਹੀਂ ਚੱਕਦੀਆਂ। ਕੀ ਕੁੜੀਆਂ ਤਾਂ ਨਿਰੀਆਂ ਗਊ ਹੁੰਦੀਆਂ, ਜਿਹੜੇ ਕਿੱਲੇ ਨਾਲ ਬਣਦੇ ਵੋ ਬੱਜੀਆਂ ਰਹਿੰਦੀਆਂ। ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ, ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ। ਵਿਆਹ ਉਪਰੰਤ ਅੰਮ੍ਰਿਤ ਨੂੰ ਇਉਂ ਅਹਿਸਾਸ ਹੋਣ ਲੱਗਾ ਕਿ ਜਿਵੇਂ ਉਸਦੇ ਸੁਪਨੇ ਚੂਰੋ ਚੂਰ ਹੋਣ ਲੱਗ ਗਏ, ਪੜ੍ਹਾਈ ਛੁੱਟ ਗਈ, ਜਿਹੜਾ ਉਹ ਮੁਕਾਮ ਹਾਸਲ ਕਰਨਾ ਚਾਹੁੰਦੀ ਸੀ ਜ਼ਿੰਦਗੀ ਵਿੱਚ, ਸ਼ਾਇਦ ਉਸਨੂੰ ਉਹ ਸੁਪਨਾ ਹੁਣ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਪਰ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਜੀਵਨ ਸਾਥੀ ਨੂੰ ਆਪਣੇ ਪਿਆਰ ਅਤੇ ਸਿਆਣਪ ਨਾਲ ਜਿੱਤ ਲਿਆ ਅਤੇ ਉਹ ਦੁਬਾਰਾ ਪੜ੍ਹਨ ਲੱਗ ਪਏ ਅਤੇ ਐਮਏ ਤੱਕ ਪੰਜਾਬੀ ਲਿਟਰੇਚਰ ਵਿੱਚ ਆਪਣੀ ਸਿੱਖਿਆ ਪ੍ਰਾਪਤ ਕੀਤੀ। ਇੱਕ ਸਾਲ ਤੱਕ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚ ਲੈਕਚਰਾਰ ਵੀ ਰਹੇ। ਜ਼ਿੰਦਗੀ ਦੇ ਇਸ ਮੋੜ 'ਤੇ ਉਹਨਾਂ ਦੀਆਂ ਕੁਝ ਲਾਈਨਾਂ ਕਿ ਮੈਂ ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ, ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ, ਨਹੀਂ ਮੈਂ ਬਰਫ਼ ਦੀ ਟੁਕੜੀ ਕੇ ਪਲ ਵਿੱਚ ਪਿਘਲ ਜਾਵਾਂਗੀ। ਉਹਨਾਂ ਦੇ ਗਜ਼ਲਾਂ ਦੀ ਗੱਲ ਕਰੀਏ ਤਾਂ ਗਜ਼ਲਾਂ ਵਿੱਚ ਸੂਰਜ ਦੀ ਦਹਿਲੀਜ਼, ਚਿਰਾਗਾ ਦੀ ਡਾਰ, ਪਤਝੜ ਵਿੱਚ ਪੁੰਗਰ ਦੇ ਪੱਤੇ, ਕੇਸਰ ਦੇ ਛਿੱਟੇ, ਹਜ਼ਾਰਾਂ ਰੰਗਾਂ ਦੀ ਲਾਟ, ਪੁੰਨਿਆ ਆਦਿ ਹੋਰ ਕਈ ਨਾਮਜਦ ਗਜ਼ਲਾਂ ਨੇ। ਇਸ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਜੀ ਦਾ ਮੁੱਢਲਾ ਜੀਵਨ ਬਹੁਤ ਸੰਘਰਸ਼ਮਈ ਰਿਹਾ। ਸੁਖਵਿੰਦਰ ਅੰਮ੍ਰਿਤ ਜੀ ਦਾ ਕਹਿਣਾ ਹੈ ਕਿ ਔਰਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਗਰ ਮੁਕਾਮ ਹਾਸਿਲ ਕਰਨਾ ਹੈ ਤਾਂ ਟੱਕਰ ਲੈ ਕੇ ਬਗਾਵਤ ਕਰ ਲੈਣੀ ਚਾਹੀਦੀ ਹੈ ਅਤੇ ਖੁਦ ਦੇ ਹਿੱਸੇ ਦੀ ਦੁਨੀਆ 'ਤੇ ਉਸਦਾ ਆਪਣਾ ਰਾਜ ਹੋਣਾ ਚਾਹੀਦਾ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਹਨਾਂ ਨੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ, ਜੋ ਕਿ ਉਹਨਾਂ ਦੀਆਂ ਪ੍ਰਕਾਸ਼ਿਤ ਕਵਿਤਾਵਾਂ, ਗੀਤਾਂ ਅਤੇ ਗਜ਼ਲਾਂ ਨੂੰ ਪੜ੍ਹਨ 'ਤੇ ਪਤਾ ਲੱਗਦਾ ਹੈ। ਪੰਜਾਬੀ ਭਾਸ਼ਾ ਦਾ ਮਾਣ ਹੋਰ ਵਧਾਇਆ ਅਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪਣੀ ਕਲਾ ਅਤੇ ਲਿਖਤਾਂ ਨਾਲ ਪੰਜਾਬੀ ਸਾਹਿਤ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ। ਸੁਖਵਿੰਦਰ ਅੰਮ੍ਰਿਤ ਉਹਨਾਂ ਔਰਤਾਂ ਅਤੇ ਕੁੜੀਆਂ ਲਈ ਆਵਾਜ਼ ਨੇ ਜੋ ਦੱਬੀਆਂ ਰਹਿੰਦੀਆਂ ਨੇ ਅਤੇ ਆਪਣੇ ਹੱਕਾਂ ਲਈ ਨਹੀਂ ਬੋਲਦੀਆਂ। ਸੁਖਵਿੰਦਰ ਅੰਮ੍ਰਿਤ ਔਰਤ ਵਰਗ ਲਈ ਇੱਕ ਪ੍ਰੇਰਣਾ ਸਰੋਤ ਹਨ। ਆਖਿਰ ਵਿੱਚ ਉਹਨਾਂ ਦੀ ਗਜ਼ਲ ਵਿੱਚੋਂ ਇੱਕ ਨਜ਼ਮ, ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ, ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗੂ ਉਦਾਸੀਆਂ 'ਤੇ,
ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਗੌਤਮ ਬੁੱਧ ਵਾਂਗੂ ਨਿਰਵਾਣ ਦੀ ਪ੍ਰਾਪਤੀ ਲਈ। ਤੇ ਉਹਨਾਂ ਸੱਤਾਂ ਰਿਸ਼ੀਆਂ ਵਿੱਚ ਕੋਈ ਰਿਸ਼ਿਕਾ ਵੀ ਜ਼ਰੂਰ ਹੁੰਦੀ ਸ਼ਾਮਿਲ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਗੀਲੇ ਨਾ ਹੁੰਦੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗੂ ਉਦਾਸੀਆਂ 'ਤੇ।